जिहड़ियां इट्टां लगियां होईयां ने वो पुरानियां इट्टां ने, टाइल जिहड़ी लगी हुई है उपर जिहड़ियां नवीआं इट्टां लाईआं गईआं ने वख वख समयां दे उत्ते मुरम्मत बेशक हुई पर किते ना किते जिहड़ा पुल तंग है सो इस नूं लैके चिंता जिहड़ी है पिंड वासियां दे वल्लों जाहर कीती गई है कि कोई दुर्घटना ना वापर जावे क्योंकि इक मोड़ पैंदा काफ़ी चिंता जी तो दुर्घटना भी वापर सकती है। मैंने ए भी उस तो पहला कोई आपका सरकार तक कोई गल बचाई जाए थोड़े तो मीडिया के थ्रू क्योंकि सारे थोड़े तो चैनल में देखते हैं न्यूज़ वो भी बनती है सरकार इतने तो नवा पुल है जोड़ा वो बनावे तो साड़ी सारे नगर की साढ़े पिंड की इतों की जिन्हें भी लंघते लोग उन्होंने मंग है कि नवा जोड़ा पुल है उसारिया जाए। राजा वड़िंग तीन बार जिते ने गिदड़वाए तो उन्हों का अपना एरिया उन्हों का अपना हलका आ कदे उन्हों तक गल नहीं पहुँचाई तुम पिंड वासियों मैं लगता भी यदि मनियाद नंगी जे आप सेफ्टी पक्षों वेखिए तो हो सकता बहुत टाइम हो गया उस समय जे वो होंगे अंग्रेज हो सकता भी इन्हों दो तीन बार हटा के बना दूरी बार बना देते है ना। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਸਿਮਰਨਜੀਤ ਸਿੰਘ। ਇਸ ਵੇਲੇ ਅਸੀਂ ਪਿੰਡ ਹਰੀਕੇ ਕਲਾਂ ਮੌਜੂਦ ਹਾਂ। ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਅਬੋਰ ਬ੍ਰਾਂਚ ਜਿਹੜੀ ਹੈ ਇਹ ਨਹਿਰ ਜੋ ਲੰਘ ਰਹੀ ਹੈ ਮੇਰੇ ਪਿੱਛੇ ਤੇ ਪਰ ਜਿਹੜਾ ਇਹ ਪੁਲ ਪਿੱਛੇ ਤੁਸੀਂ ਦੇਖ ਰਹੇ ਹੋ ਕਾਫੀ ਜਿਹੜਾ ਪੁਰਾਣਾ ਪੁਲ ਹੈ ਕਾਫੀ ਤੰਗ ਵੀ ਹੈ ਕਿਉਂਕਿ ਜਦੋਂ ਵਹੀਕਲ ਇੱਥੋਂ ਲੰਘਦੇ ਆ ਤਾਂ ਦੋਵੇਂ ਪਾਸਿਓਂ ਜਦੋਂ ਵਹੀਕਲ ਆ ਜਾਂਦੇ ਤਾਂ ਇੱਕ ਸਾਈਡ ਤੋਂ ਜਿਹੜਾ ਕਿਸੇ ਨੂੰ ਰੁਕਣਾ ਪੈਂਦਾ ਕਿਉਂਕਿ ਇਹ ਜਿਹੜੀ ਅਰਚ ਤੁਸੀਂ ਦੇਖ ਰਹੇ ਹੋ ਅਰਚਨੁਮਾ ਜਿਹੜੀ ਇਹ ਆਰਕੀਟੈਕਚਰ ਹੈ ਤਾਂ ਇਹ ਲਗਭਗ ਅੰਗਰੇਜ਼ਾਂ ਵੇਲੇ ਦੀ ਕਹੀ ਜਾ ਸਕਦੀ ਹੈ ਕਿਉਂਕਿ ਜਦੋਂ ਅੰਗਰੇਜ਼ਾਂ ਦੇ ਵੱਲੋਂ ਜਿਹੜਾ ਸਿੰਚਾਈ ਦਾ ਕੰਮ ਸ਼ੁਰੂ ਕੀਤਾ ਗਿਆ ਤਾਂ ਉਦੋਂ ਜਿਹੜਾ ਅਰਚਨੁਮਾ ਜਿਹੜੇ ਪੁਲ ਆ ਉਹ ਬਣਾਏ ਜਾਂਦੇ ਸੀ ਪਰ ਉਸ ਤੋਂ ਬਾਅਦ ਜੇ ਆਪਾਂ ਹੁਣ ਦੀ ਜੇ ਗੱਲ ਕਰ ਲਈਏ ਹੁਣ ਜਿਹੜੇ ਪੁਲ ਬਣਦੇ ਆ ਉਹ ਲਗਭਗ ਜਿਹੜੇ ਆ ਪਿੱਲਰਸ ਦੇ ਰੂਪ ਦੇ ਵਿੱਚ ਪੁਲ ਬਣਾਏ ਜਾਂਦੇ ਆ ਪਰ ਜਿਹੜੇ ਅਰਚ ਨਵਾਂ ਜਿਹੜੇ ਡਾਟ ਆਪਾਂ ਕਹਿ ਸਕਦੇ ਹਾਂ ਪੰਜਾਬੀ ਦੇ ਵਿੱਚ ਸੋ ਇਹ ਜਿਹੜੇ ਪੁਲ ਬਣੇ ਸੀ ਉਹਨਾਂ ਵੇਲਿਆਂ ਦੇ ਵਿੱਚ ਬਣਾਏ ਗਏ ਸੀ ਅਤੇ ਇਹ ਜਿਹੜੀ ਸ਼ਾਖਾ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਇਹ ਜਿਹੜੀਆਂ ਸਤਲੁਜ ਨਹਿਰ ਤੋਂ ਸਤਲੁਜ ਦਰਿਆ ਤੋਂ ਜਿਹੜੀ ਦਰਾਹਾ ਨਹਿਰ ਆਉਂਦੀ ਹੈ ਦਰਾਹੇ ਤੋਂ ਬਾਅਦ ਅੱਗੇ ਆ ਕੇ ਮਾਲਵੇ ਨੂੰ ਜਿਹੜਾ ਅਬੋਰ ਬ੍ਰਾਂਚ ਜਿਹੜੀ ਨਿਕਲਦੀ ਹੈ ਇਹ ਉਹੀ ਇੱਕ ਜਿਹੜੀ ਸ਼ਾਖਾ ਆ ਅਤੇ ਹੁਣ ਜਿਹੜੀ ਪਾਣੀ ਦਾ ਵਹਾਅ ਤੁਸੀਂ ਦੇਖ ਸਕਦੇ ਹੋ ਇਹ ਪਾਣੀ ਜਿਹੜਾ ਬਹੁਤ ਘੱਟ ਗਿਆ ਹੁਣ ਇਸ ਦੇ ਵਿੱਚ ਦੂਸਰੀ ਸਾਈਡ ਪਹਿਲਾਂ ਪਾਣੀ ਵਹਿਆ ਕਰਦਾ ਸੀ ਪਰ ਹੁਣ ਉਹ ਇੱਕ ਡਰੇਨ ਦੇ ਰੂਪ ਦੇ ਵਿੱਚ ਉਸ ਸਾਈਡ ਪਾਣੀ ਵਹਿੰਦਾ ਪਰ ਇੱਧਰ ਜਿਹੜਾ ਹੁਣ ਇਹ ਪਾਣੀ ਹੈ ਪਰ ਤੁਸੀਂ ਦੇਖ ਸਕਦੇ ਹੋ ਜਿਹੜਾ ਪੁਲ ਹੈ ਇਹ ਬਹੁਤ ਪੁਰਾਣਾ ਪੁਲ ਹੈ ਇਸ ਦੀ ਮੁਰੰਮਤ ਵੀ ਜਿਹੜੀ ਲੱਗ ਰਿਹਾ ਸਮੇਂ ਸਮੇਂ ਦੇ ਉੱਤੇ ਹੋਈ ਹੋਈ ਹੈ ਪਰ ਕਿਤੇ ਨਾ ਕਿਤੇ ਪੁਲ ਤੰਗ ਹੈ ਸੋ ਪਿੰਡ ਵਾਲੇ ਕਹਿ ਰਹੇ ਆ ਕਿ ਅਸੀਂ ਪਰੇਸ਼ਾਨ ਹੈ ਕਿਉਂਕਿ ਇਸ ਦੀ ਵੱਡੇ ਪੱਧਰ ਦੇ ਉੱਤੇ ਜਿਹੜਾ ਇਸ ਨੂੰ ਰੈਨੋਵੇਟ ਨਹੀਂ ਕੀਤਾ ਗਿਆ ਕਿਉਂਕਿ ਤੁਸੀਂ ਦੇਖ ਸਕਦੇ ਹੋ ਥੱਲੇ ਜਿਹੜੀਆਂ ਇੱਟਾਂ ਲੱਗੀਆਂ ਹੋਈਆਂ ਨੇ ਉਹ ਪੁਰਾਣੀਆਂ ਇੱਟਾਂ ਨੇ ਟਾਇਲ ਜਿਹੜੀ ਲੱਗੀ ਹੋਈ ਆ ਉੱਪਰ ਜਿਹੜੀਆਂ ਨਵੀਆਂ ਇੱਟਾਂ ਲਾਈਆਂ ਗਈਆਂ ਨੇ ਵੱਖ ਵੱਖ ਸਮਿਆਂ ਦੇ ਉੱਤੇ ਮੁਰੰਮਤ ਬੇਸ਼ੱਕ ਹੋਈ ਪਰ ਕਿਤੇ ਨਾ ਕਿਤੇ ਜਿਹੜਾ ਪੁਲ ਤੰਗ ਹੈ ਸੋ ਇਸ ਨੂੰ ਲੈ ਕੇ ਚਿੰਤਾ ਜਿਹੜੀ ਹੈ ਪਿੰਡ ਵਾਸੀਆਂ ਦੇ ਵੱਲੋਂ ਜ਼ਾਹਰ ਕੀਤੀ ਗਈ ਹੈ ਕਿ ਕੋਈ ਦੁਰਘਟਨਾ ਨਾ ਵਾਪਰ ਜਾਵੇ ਕਿਉਂਕਿ ਇੱਕ ਮੋੜ ਪੈਂਦਾ ਇਹ ਜਿਹੜੀ ਸੜਕ ਆਪਾਂ ਜਿਸ ਦੇ ਉੱਤੇ ਖੜੇ ਹਾਂ ਇਹ ਸਰਾਏ ਨਾਗਾ ਤੋਂ ਜੈਤੋਂ ਨੂੰ ਸੜਕ ਜਾਂਦੀ ਹੈ ਮੇਰੇ ਨਾਲ ਬਾਈ ਯਾਦਵਿੰਦਰ ਜੀ ਨੇ ਇਹਨਾਂ ਦਾ ਪਿੰਡ ਆ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਜਿਵੇਂ ਆਪਾਂ ਗੱਲ ਕੀਤੀ ਆ ਹੈ ਨਾ ਇਹ ਪੁਲ ਕਾਫੀ ਪੁਰਾਣਾ ਕਾਫੀ ਤੰਗ ਹੈ ਤਾਂ ਕਦੇ ਕੋਈ ਦੁਰਘਟਨਾ ਵਾਪਰ ਜਾਂਦੀ ਹੈ ਜਾਂ ਚਿੰਤਾ ਜਿਵੇਂ ਤੁਸੀਂ ਜ਼ਾਹਰ ਕਰ ਰਹੇ ਹੋ ਇਸ ਨੂੰ ਲੈ ਕੇ ਕਾਫੀ ਚਿੰਤਾ ਜੀ ਅਤੇ ਦੁਰਘਟਨਾ ਵੀ ਵਾਪਰ ਸਕਦੀ ਹੈ ਮੈਨੂੰ ਐਂ ਵੀ ਉਸ ਤੋਂ ਪਹਿਲਾਂ ਕੋਈ ਆਪਾਂ ਇਹਦਾ ਸਰਕਾਰ ਤੱਕ ਕੋਈ ਦੀ ਗੱਲ ਪਹੁੰਚਾਈ ਜਾਵੇ ਤੁਹਾਡੇ ਮੀਡੀਆ ਦੇ ਥਰੂ ਕਿਉਂਕਿ ਸਾਰੇ ਤੁਹਾਡੇ ਚੈਨਲ ਨੂੰ ਦੇਖਦੇ ਨੇ ਨਿਊਜ਼ ਉਹ ਵੀ ਬਣਦੀ ਆ ਅਤੇ ਇਹ ਸਾਨੂੰ ਐਂ ਵੀ ਨਵੇਂ ਸਰਵੇ ਕਰਕੇ ਕੋਈ ਨਵਾਂ ਪੁਲ ਇੱਥੇ ਬਣਾਇਆ ਜਾਵੇ ਜਿਹੜਾ ਕਿ ਇੱਥੋਂ ਦੇ ਹੁਣ ਜਿਵੇਂ ਵੱਡੇ ਸਾਧਨ ਹੋ ਗਏ ਨੇ ਵੱਡੇ ਜਿਹੜੇ ਟਰੱਕ ਟ੍ਰੇਲਰ ਟੱਪਦੇ ਨੇ 10 ਚੱਕੀਆਂ ਜਾਂ ਉਹਨਾਂ ਨੂੰ ਕਾਫੀ ਇੱਥੇ ਪਰੇਸ਼ਾਨੀ ਹੁੰਦੀ ਹੈ ਰੁਕਣਾ ਪੈਂਦਾ ਉਹਦਾ ਕਰਕੇ ਸਾਡੇ ਸਾਰੇ ਇੱਥੋਂ ਨਿਵਾਸੀਆਂ ਦਾ ਸਾਰਿਆਂ ਦਾ ਇੱਥੋਂ ਦੇ ਉਹਨਾਂ ਨੂੰ ਰਿਕੁਐਸਟ ਆ ਸਰਕਾਰ ਨੂੰ ਵੀ ਇਹ ਪੁਲ ਆ ਜਿਹੜਾ ਨਵਾਂ ਇੱਥੇ ਬਣਾਇਆ ਜਾਵੇ ਜਿਵੇਂ ਖਾਸ ਕਰ ਜਿਹੜੇ ਪੁਰਾਣੇ ਪੁਲ ਆ ਜਿਵੇਂ ਆਪਾਂ ਦਿਖਾ ਦਈਏ ਆਪਾਂ ਅੱਗੇ ਵੀ ਚੱਲਦੇ ਹਾਂ ਜਿਹੜੇ ਖਾਸ ਕਰ ਪੁਰਾਣੇ ਪੁਲ ਬਣੇ ਹੋਏ ਸੀ ਉਹ ਬਹੁਤ ਰਾਹ ਬਹੁਤ ਛੋਟਾ ਹੁੰਦਾ ਸੀ ਅਜਿਹੇ ਪੁਲ ਨਾ ਆਪਾਂ ਦੇਖਦੇ ਹਾਂ ਜ਼ਿਆਦਾਤਰ ਜਿਹੜੇ ਰੋਪੜ ਏਰੀਏ ਦੇ ਵਿੱਚ ਅਜਿਹੇ ਪੁਲ ਹੈਗੇ ਆ ਮਾਛੀਵਾੜਾ ਸਾਹਿਬ ਨੂੰ ਜਦੋਂ ਆਪਾਂ ਜਾਂਦੇ ਹਾਂ ਨਹਿਰ ਲੰਘਦੀ ਆ ਤਾਂ ਇਹੋ ਜਿਹੇ ਪੁਲ ਜਿਹੜੇ ਉੱਥੇ ਜ਼ਿਆਦਾ ਨੇ ਕਿਉਂਕਿ ਪੁਰਾਣੇ ਪੁਲ ਹੈਗੇ ਨੇ ਅਤੇ ਹੁਣ ਜਿਹੜੇ ਆ ਵੀ ਕਿਉਂਕਿ ਵਾਹਣ ਵੀ ਬਦਲ ਗਏ ਲੋਕਾਂ ਦਾ ਆਵਾਜਾਈ ਦੇ ਸਾਧਨ ਵੀ ਬਦਲ ਗਏ ਅਤੇ ਹੁਣ ਜਿਹੜੀ ਪੁਲਾਂ ਦੀ ਜਿਹੜੀ ਦਿੱਖ ਆ ਉਹ ਹੋਰ ਆ ਇਹ ਬਹੁਤ ਛੋਟਾ ਤੰਗ ਪੁਲ ਹੈ।
हाँ जी, वो मॉडर्न तरीके नाल बनाए जाते हैं हुण नवे वाले पुल, तो सानू भी यही उम्मीद आ भी सरकार इत्थे ते नवा पुल आ जिहड़ा वो बनावे, तो साडी सारे नगर की साढ़े पिंड की इतों की जिन्ने भी लंघते लोग उन्हां दी मंग आ भी नवा जिहड़ा पुल आ उसारिया जावे इत्थे। कदे किसी के ध्यान च नहीं आया जिवें हरचरण सिंह बराड़ खुद मुख्यमंत्री रहे आ इस इलाके तो बिलोंग करते सी, खासकर हरीकियां की गल कर लीए जां सरायनागा की गल कर लीए? मैनू नहीं लगता भी साढ़े कित किसी ने यह जिक्र किया हो। अज तुसी फस्ट टाइम इत्थे पहुंचे हो, तुसी इहदी कवरेज कर रहे हो, तो मैनू लगता भी हुण हौली हौली सरकार तक जां मीडिया के थ्रू पहुँच जूगी गल, तो ये वल ध्यान देणगे सरकार। अमरिंदर सिंह राजा वड़िंग तीन बार जिते ने गिदड़वाहे तो उन्हों का अपना एरिया, उन्हों का अपना हल्का आ, तो कदे उन्हों तक गल नहीं पहुँचाई तुसी पिंड वासियां ने? मैनू लगता नहीं भी ये बारे कोई गल हुई होगी, जे हुई होंगी तो पता होंगे, पर एक्चुअली मैं बाहर रहा करके कदे मैनू ये बारे पता नहीं भी हो सकता भी उन्होंने ध्यान से चीज़ ना भी आई। असं मानते हैं भी पुराने समय की एक यादगार है, पुराने हिस्टोरीकल हैगी चीज़ा भी नवा नाल एक जिहड़ा भी लोगों के सहूलत रख के बना देना चाहिए। आप गल की कि अर्च नवा है ना डाट पाई हुई है थले, ये गल कही जाती है डाट बहुत मजबूत होंगी आ, काफ़ी पुराने पुल जिहड़े पंजाब दे विच खड़े ने वो हले मजबूत ने, जिवें मैं देख रहा कई इट्टां नवीं लगियां हुई ने, काफ़ी टाइम हो गया होना भी रेनोवेशन होया नूं भी रेनोवेट होया नूं, ते की लगता दोबारा रेनोवेट कर दिता जाए या नवें ही होवे? इहना जी वेखो जे पुराने समय दे अंग्रेज़ां दीआं पॉलिसियां सी, इहनां दा कोई समां मिथिया जांदा, उस समय तो बाद वो चीज़ नूं नकारा कर देंदे। मैनूं लगता भी इहदी मनियाद लंघी नूं जे आपां सेफ्टी पक्षों वेखीए तां हो सकदा बहुत टाइम हो गया होवे समां, जे वो होंदे अंग्रेज़ हो सकदा भी इहनूं दो तीन वार हटा के बना दूरी वार बना दिंदे है ना, तो सो मैं यही उम्मीद करदा भी ठीक आ मजबूत आ, पर यह जिवें कि नैरो बहुत ज़्यादा, जिवें कि हुण काफ़ी इत्थे ट्रैफिक दा बहुत ज़्यादा, अगे तो चलो है नहीं, अगे सड़क छोटी सी, हुण देखिया तुसीं स्टक हो जांदा इत्थे जाम लग जांदा काफ़ी वार देखिया जी, हुण जे वड्डियां दो गड्डियां आ गईयां जिवें हुण तुसीं इत्थे वेख रहे हो कई बार ट्रक ट्रैक्टर उधर आ गया एक उधर नूं रुकना पैंदा, एक ढाल है बाई चांस जे किसे तों कोई ब्रेक ब्रूक ना लगन हो सकदा भी पिछे नूं रेड़ते है ना, रेलिंग वगैरह भी नहीं आ फिर उह भी दिक्कत आ है ना भी इस साइड जिवें ढाल आ ते इधर रेलिंग भी है नहीं गी भी कोई दुर्घटना वापर सकदी है? हाँ जी बिल्कुल ये वापर सकदी है कदों भी, ते चलो मैं ये ध्यान दे सरकार दे ध्यान च लिआउणा चाहुंदे आ भी छेती इहदा कीता जावे। कहना चाहोगे जे गल कर ली जाए खेतीबाड़ी मिनिस्टर ने जां पंचायत मिनिस्टर ने कुलदीप धालीवाल, उन्होंने कुछ कहना चाहोगे? पे जिता उन्होंने अंडर आ महकमे के, तो उन्होंने ये बारे कह वो है खास तौर पर हर एक पासे तुरी फिरते, मैं कहना भी साढ़े भी इतने आके देख के जा, हाँ जी सच्चाई नाल है जंगलात विभाग के आप मानते हैं ना, जो उन्होंने अंडर आ जरूर उन्होंने ये बारे देखना चाहिए भी की है सिस्टम ਇਹਦੇ ਬਾਰੇ। ਤੁਸੀਂ ਆਏ ਹੋਏ ਹੋ ਪੰਜਾਬ, ਜਿਵੇਂ ਤੁਸੀਂ ਕਿਹਾ ਕਿ ਮੀਡੀਆ ਆਪਣੀ ਭੂਮਿਕਾ ਨਿਭਾ ਰਿਹਾ, ਤੁਹਾਨੂੰ ਲੱਗਦਾ ਵੀ ਤੁਹਾਨੂੰ ਮਿਲਣਾ ਚਾਹੀਦਾ ਸਰਕਾਰੀ ਨੁਮਾਇੰਦਿਆਂ ਨੂੰ ਜਾ ਕੇ ਚੰਡੀਗੜ੍ਹ ਮਿਲਣਾ ਚਾਹੀਦਾ? ਮੇਰੀ ਇੱਕ ਦੋ ਸਾਡੇ ਇੱਥੇ ਆਮ ਪਾਰਟੀ ਦੇ ਪ੍ਰਿਤਪਾਲ ਜੀ ਹੋਏ ਸੀ, ਉਹਨਾਂ ਨਾਲ ਮੇਰੀ ਗੱਲਬਾਤ ਹੋਈ ਸੀ, ਉਹ ਕਹਿੰਦੇ ਸੀ ਵੀ ਆਪਾਂ ਡੀ ਸੀ ਸਾਹਿਬ ਨੂੰ ਦਰਖਾਸਤ ਦੇ ਦਿੰਦੇ ਹਾਂ ਰਿਟਨ ਰੂਪ 'ਚ ਪੰਚਾਇਤ ਤੋਂ ਮਤਾ ਪਵਾ ਕੇ, ਅਤੇ ਉਦੋਂ ਬਾਅਦ ਇਹਦਾ ਕੋਈ ਜਿੰਨਾ ਵੀ ਗੌਰਮੈਂਟ ਇਹ 'ਤੇ ਧਿਆਨ ਲਿਆਊਗੀ ਜੋ ਕੋਈ ਹੋਇਆ ਬਜਟ ਦੇ ਵਿੱਚ ਉਹ ਕਰਨਗੇ। ਹਾਂਜੀ ਸ਼ੁਕਰੀਆ ਬਾਈ ਜੀ, ਧੰਨਵਾਦ ਜੀ। ਇਹ ਸੀਗੇ ਪਿੰਡ ਵਾਸੀ ਬਾਈ ਯਾਦਵਿੰਦਰ ਸਿੰਘ ਸਾਡੇ ਨਾਲ ਸੀਗੇ, ਅਤੇ ਇਸ ਪੁੱਲ ਨੂੰ ਲੈ ਕੇ ਚਿੰਤਾ ਜ਼ਾਹਰ ਕਰ ਰਿਹਾ, ਦਿਖਾ ਦਿਓ ਉੱਪਰ ਵੀ ਹੈ ਨਾ ਜਿਹੜੀਆਂ ਸਾਰੀਆਂ ਉੱਪਰ ਦੀਆਂ ਜਿਹੜੀਆਂ ਪੁੱਲ ਦੀ ਸਾਈਡ ਦੀ ਜਿਹੜੀ ਬਾਉਂਡਰੀ ਆ ਜਾਂ ਸਾਈਡ 'ਤੇ ਜਿਹੜੀਆਂ ਇੱਟਾਂ ਲੱਗੀਆਂ ਹੋਈਆਂ ਸੀ ਜਾਂ ਜਿਹੜੇ ਬਨੇਰੇ ਸੀਗੇ ਉਹ ਸਾਰੇ ਜਿਹੜੇ ਆ ਉਹ ਢਹਿ ਢੇਰੀ ਹੋ ਚੁੱਕੇ ਆ। ਇਹਨਾਂ ਦਾ ਕਹਿਣਾ ਹੈ ਕਿ ਮਿਆਦ ਜਿਹੜੀ ਆ ਲੰਘ ਚੁੱਕੀ ਆ, ਹੁਣ ਨਵਾਂ ਜਿਹੜਾ ਪੁੱਲ ਆ ਉਹ ਬਣਾ ਦੇਣਾ ਚਾਹੀਦਾ ਤਾਂ ਜੋ ਲੋਕਾਂ ਦੀ ਜਿਹੜੀ ਜਾਨ ਹੈ ਜਾਂ ਉਹਨਾਂ ਦਾ ਮਾਲ ਆ ਉਹ ਖਤਰੇ ਵਿੱਚ ਨਾ ਪੈ ਸਕੇ। ਕਿਸੇ ਦੁਰਘਟਨਾ ਹੋਣ ਤੋਂ ਪਹਿਲਾਂ ਹੀ ਇਹ ਕਹਿੰਦੇ ਆ ਕਿ ਨਵਾਂ ਪੁਲ ਬਣਾ ਦੇਣਾ ਚਾਹੀਦਾ। ਕੈਮਰਾਮੈਨ ਗੁਰਸਾਹਿਬ ਦੇ ਨਾਲ ਮੈਂ ਸਿਮਰਨਜੀਤ ਸਿੰਘ, ਪੰਜਾਬ ਟੀਵੀ, ਪਿੰਡ ਹਰੀਕੇ ਕਲਾਂ, ਸ੍ਰੀ ਮੁਕਤਸਰ ਸਾਹਿਬ।